ਅਸਲਾਮ ਵਾਲੇਕਮ ਜੀ, ਵੈਲਕਮ ਟੂ ਨੁਮਾਨ ਖਾਨ ਪਿਜਨਸ। ਸਭ ਤੋਂ ਪਹਿਲੇ ਜਿਨ੍ਹਾਂ ਭਾਈਆਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਅੱਜ ਭਾਈ ਜਾਨ ਪਲਾਜ਼ੇ ਵਾਲੇ ਕਬੂਤਰ ਲਾ ਰਹੇ ਹਾਂ ਅਤੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਸਮਝੋ ਜਿਵੇਂ ਤੁਹਾਡਾ ਦਿਲ ਕੀਤਾ। ਜਿਸ ਭਾਈ ਨੇ ਕਿਹਾ ਨਾ ਮੈਨੂੰ ਇਹ ਪੁੱਜਦਾ ਕਬੂਤਰ ਵੇਖ ਕੇ ਭਾਈ ਮੇਰਾ ਇਹ ਰੇਟ ਬਣਦਾ, ਮੈਂ ਦੇਵਾਂਗਾ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਭਾਈ, ਕਿਉਂਕਿ ਅਸੀਂ ਇੱਥੋਂ ਪਲਾਜ਼ੇ 'ਤੇ ਸਾਰੇ ਕਬੂਤਰ ਖਤਮ ਕਰ ਰਹੇ ਹਾਂ। ਜਿਹੜੇ ਪੰਜ ਛੇ ਆਪਣੇ ਬੱਚੇ ਨੇ ਉਹ ਰੱਖਾਂਗੇ, ਬਾਕੀ ਸਾਰੇ ਦੇਵਾਂਗੇ। ਅਤੇ ਤਕਰੀਬਨ 20 ਸਾਰੇ, ਇਹ ਜੇ ਹੋਰ 10 ਜਾਂ 15 ਹੋਣਗੇ ਨੇ ਤਾਂ ਰੱਖੇ ਨਹੀਂ ਅਸਾਂ, ਉਹ ਵੀ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਹੋਰੀ 4-5 ਦਿਨਾਂ ਤੱਕ ਦੇ ਦਿਆਂਗੇ, ਕਿਉਂਕਿ ਛੱਤ ਬਣਨੇ ਤੱਕ ਨਾ ਫੜਕੀ ਛੜਕੀ ਹੋਵੇ, ਕੋਈ ਝੜਾ ਆ ਜਾਵੇ, ਇਸੇ ਤਰ੍ਹਾਂ ਇਨਸ਼ਾਅੱਲਾ ਰਹੇਗਾ। ਅਤੇ ਬਾਕੀ ਇਹ 20 ਕਬੂਤਰ ਨੇ ਭਾਈ, ਜਿਸ ਤਰ੍ਹਾਂ ਭਾਈ ਨੇ ਕਿਹਾ ਨਾ ਭਾਈ ਮੈਨੂੰ ਇਹ ਪੁੱਜਦਾ, ਮੈਂ ਉਸੇ ਤਰ੍ਹਾਂ ਦੇ ਦਿਆਂਗਾ ਜਿਵੇਂ ਭਾਈ ਨੇ ਕਿਹਾ। ਜਿਸ ਭਾਈ ਦਾ ਦਿਲ ਕੀਤਾ ਉਹ ਲੈ ਲਵੇ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ। ਕਬੂਤਰ ਵੀ ਚੰਗੇ ਨੇ ਭਾਈ, ਵਿੱਚ ਬੜੇ ਬੜੇ ਟਾਪ ਕੁਆਲਿਟੀ ਦੇ ਕਬੂਤਰ ਨੇ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਮਜ਼ਾ ਨਾ ਦਿੱਤਾ ਅਤੇ ਪੈਸੇ ਵਾਪਸ। ਹੁਣ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਕਬੂਤਰ ਛੋੜਨੇ ਆ। ਅਸਲ ਇੱਥੇ ਵੀਡੀਓ ਫੁੱਲ ਟਾਪ ਦੀ ਨਹੀਂ ਬਣਦੀ ਜੇ, ਮੀਆਂ ਲਾਈਟਾਂ ਬਾਲ ਕਿਆ ਚੱਲ ਠੀਕ ਹੈ, ਨਿਜ਼ਾਮ ਚੱਲ ਜਾਏਗਾ। ਹੁਣ ਲਾਈਟਾਂ ਨਾਲ ਇਹ ਭਾਈ ਛੱਤ ਵਾਲੀ ਮਾਦੀ ਜੇ ਠੀਕ ਹੈ ਜੀ, ਛੋੜੋ ਇਹ ਪਹਿਲੀ ਭਾਈ ਛੱਤ ਵਾਲੀ ਮਾਦੀ 'ਚ ਮਾਸ਼ਾਅੱਲਾ ਠੀਕ ਹੋ ਗਿਆ ਜੀ, ਛੋੜੋ ਬੜੀ ਰੂਲੀ ਖੁੱਲੀ ਮਾਦੀ ਫੜੀ ਜੇ, ਪੱਠੀ ਹੈ ਜੇ, ਕੋਈ ਲਾਟਾ ਸ਼ਾਟਾ ਤਾਂ ਲਾ ਰਿਹਾ ਸੀ ਜਾਂ ਕੀ ਕੀਤਾ ਕਿਸੇ, ਲੇਕਿਨ ਇਹ ਕਿ ਉਨੀ ਬਹੁਤ ਅੱਛੀ ਉੱਡੀ ਨਹੀਂ ਹੋਣੀ, ਨਵੀਂ ਸਾਰ ਹੋ ਰਹੀ ਹੈ ਮੁਕੰਮਲ ਠੀਕ ਹੈ ਜੀ, ਛੋੜੋ। ਇਹ ਮਾਸ਼ਾਅੱਲਾ ਸਾਡੇ ਕੋਲ ਪੁਰਾਣਾ ਪੇ ਹੈ, ਤਕਰੀਬਨ 2-3 ਮਹੀਨੇ ਹੋ ਗਏ, ਬਸ ਵਿੱਚ ਪਾਉਣਾ ਯਾਦ ਨਹੀਂ ਰਿਹਾ ਅਤੇ ਇਸੇ ਤਰ੍ਹਾਂ ਹੀ ਫਿਰਦਾ ਰਿਹਾ ਵਿੱਚ। ਚਲੋ ਦਾਣਾ ਖਾਂਦਾ ਰਿਹਾ ਤਾਂ ਨਸੀਬ ਸੀ, ਹੁਣ ਜਿੱਦਾਂ ਨਸੀਬਾਂ 'ਚ ਹੋਇਆ। ਠੀਕ ਹੈ ਜੀ, ਛੋੜੋ ਮੀਆਂ, ਇੱਧਰ ਆ ਜਾ, ਉੱਥੇ ਛੋੜੀ ਜਾ, ਇੱਥੇ ਠੀਕ ਪੈਂਦੀ ਹੈ, ਨਹੀਂ ਛੋੜਦੇ ਉੱਧਰ, ਬਾਹਰ ਜਾਣਗੇ ਇੱਥੇ ਲੈ, ਠੀਕ ਹੈ ਠੀਕ ਹੈ, ਛੋੜੋ ਇਹਨਾਂ ਪਰਾਂ ਕਰ ਸਕਦਾ ਥਾ, ਉਹ ਤਾਂ ਐਨ ਤਾਂ ਕਰਨਾ ਨਜ਼ਰ ਤਾਂ ਠੀਕ ਉਹਨਾਂ ਪਾਈਆਂ ਨਾ, ਹੋਰ ਥੋੜ੍ਹਾ ਪਰਾਂ ਜਾਣ ਦੇ, ਹੋਰ ਜਾਣ ਦੇ, ਬਸ ਠੀਕ ਹੈ, ਚਲੋ ਹੁਣ ਖਲੋਤੇ ਰਹਿਣ ਗਏ ਇੱਥੇ। ਲਓ ਜੀ ਤੁਹਾਡੇ ਸਾਹਮਣੇ ਠੀਕ ਹੈ ਜੀ, ਛੋੜੋ ਸਾਰੇ ਕਬੂਤਰ ਮਾਸ਼ਾਅੱਲਾ ਤੁਹਾਡੇ ਸਾਹਮਣੇ ਭਾਈ, ਅੱਛੇ ਕਬੂਤਰ ਜੇ, ਵਿੱਚ 4-5 ਕਬੂਤਰ ਪੁਰਾਣੇ ਪਰਾਂ 'ਚ ਵੀ ਐਣ ਭਾਈ, ਕਿਉਂਕਿ ਇਹ ਕੋਈ ਨਹੀਂ ਹੁਣ ਪਤਾ ਕਦਨ ਫੜੇ ਕਦਨ ਨਹੀਂ, ਅਤੇ ਕਿਉਂ ਹੁਣ ਅਸੀਂ ਸਾਰੇ ਖਤਮ ਕਰ ਰਹੇ ਹਾਂ ਭਾਈ, ਇੱਕ ਵੀ ਨਹੀਂ ਰੱਖਣਾ। ਜਿਹੜੇ ਨਾਰਮਲ ਸੀ ਫੜਕੀ ਛੜਕੀ ਵਾਸਤੇ ਉਹ ਤਾਂ ਅਸਾਂ ਪਹਿਲਾਂ ਹੀ ਦੇ ਦਿੱਤੇ ਸੀ ਭਾਈ, ਉਹ 300 ਰੁਪਏ ਪਾਰ ਅਸਾਂ ਪਹਿਲਾਂ ਹੀ ਦੇ ਦਿੱਤੇ, ਉਧਰ ਵੀਡੀਓ ਲਾਈਏ ਕਿ ਭਾਈ ਇਹ ਕਬੂਤਰ ਦੇ ਰਹੇ ਹਾਂ ਅਸੀਂ। ਬੜਾ ਲੰਮਾ ਕਬੂਤਰ ਜੀ, ਕਿਸੇ ਦਾ ਬੜਾ ਚੰਗਾ ਕਬੂਤਰ, ਪਰ ਵਿਖਾਓ ਜੀ ਮੀਆਂ ਸਾਹਿਬ, ਵੈਸ਼ੀ ਕਬੂਤਰਾਂ 'ਚ ਬਣੇ ਆ ਜੇ,
ਤਾਂ ਬੜੇ ਕਮਾਲ ਦਾ ਕਬੂਤਰ ਹੈ ਯਾਰ। ਐਂ ਦੇ ਕਬੂਤਰ ਅੱਸੂ ਚੁੜਦੇ, ਜੇ ਅਗਰ ਅਸੀਂ ਰੱਖ ਲੈਂਦੇ ਤਾਂ ਸਾਡੇ ਕੋਲ ਬੜਾ ਉੱਡਦਾ, ਯਕੀਨ ਕਰੋ। ਇਹ ਮੇਰੀ ਗਰੰਟੀ ਜੀ, ਇਨਸ਼ਾਅੱਲਾ ਅੱਸੂ ਮੋਰ ਲਵਾਏਗਾ, ਅੱਸੂ ਦੀ ਪੱਕੀ ਜੇ। ਠੀਕ ਹੈ ਜੀ, ਅਸੀਂ ਵਿਸਾਖ ਸ਼ਾਖ ਦੀ ਗੱਲ ਨਹੀਂ ਕਰਦੇ, ਅਸੀਂ ਉਹ ਗੱਲ ਕਰਦੇ ਹਾਂ ਜਿੱਥੇ ਅਸੀਂ ਪੂਰੇ ਉਤਰ ਸਕੀਏ। ਅਤੇ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਅਜੇ ਤੱਕ ਜਿਸ ਕਬੂਤਰ ਦਾ ਕਿਹਾ ਉਸ ਕਬੂਤਰ ਨੇ ਪੱਕੀ ਮੋਰ ਲਵਾਈ ਹੈ। ਵਾਕਈ ਗੱਲ ਇਹ ਜਿਨ੍ਹਾਂ ਭਾਈਆਂ ਕੋਲ ਸਾਡੇ ਗਏ, ਉਹਨਾਂ ਨੂੰ ਸਮਝ ਹੈ ਸਾਡੇ ਕਬੂਤਰਾਂ ਦੀ, ਅਤੇ ਸਾਡੀ ਸਮਝ ਦੀ ਉਹਨਾਂ ਨੂੰ ਸਮਝ ਹੈ ਕਿ ਅਸੀਂ ਜਿਹੜਾ ਕਬੂਤਰ ਦੀ ਕਹਿੰਦੇ ਹਾਂ ਇਨਸ਼ਾਅੱਲਾ ਅੱਲਾ ਦੇ ਕੋਲ ਨਾ ਮੋਰ ਲਵਾਉਂਦਾ। ਵਿੱਚ ਤਿੰਨ ਚਾਰ ਕਬੂਤਰ ਮਾਸ਼ਾਅੱਲਾ ਬਹੁਤ ਅੱਛੇ ਜੇ, ਇਹ ਹੁਣ ਵੈਸ਼ੀ ਕਬੂਤਰਾਂ 'ਚ ਬਣੇ ਆ, ਮੋਤੀਆਂ ਵਾਲਾ ਕਬੂਤਰ ਕਹਿ ਸਕਦੇ ਹੋ, ਵੈਸ਼ੀ ਕਬੂਤਰ ਕਹਿ ਸਕਦੇ ਹੋ। ਇਹਨੇ ਬੜਾ ਕਮਾਲ ਦਾ, ਲਾਖੀ ਮਾਦੀ ਬਹੁਤ ਕਮਾਲ ਦੀ ਜੀ। ਇਹ ਟੈਡੀ ਮਾਦੀ ਬੈਠੀ ਜੀ, ਬਟੇਰਾ ਕ੍ਰਾਸ ਬੜੀ ਅੱਛੀ ਮਾਦੀ ਏ, ਇਹ ਲਾਖੀ ਮਾਦੀ ਜੇ। ਇੱਥੇ ਛੱਤ ਵਾਲੀ ਇਹ ਮਾਦੀ ਬੈਠੀ ਜੇ ਮਾਸ਼ਾਅੱਲਾ, ਇਹ ਗੋਲਡਨ ਟਾਈਪ ਮਾਦੀ 'ਚ ਪਿਪਲਾਂ ਵਾਲੀ। ਠੀਕ ਹੈ ਜੀ, ਇਹ ਵੇਖੋ ਮਾਸ਼ਾਅੱਲਾ ਪੱਠੀ ਜੇ, ਸੱਤ ਸੱਤ ਪਾਰਤੀ ਜੇ, ਤ੍ਰੈ ਪਾਰਾ ਜੇ ਸੁੱਟਣੇ ਵਾਲੇ ਨੇ। ਇਹ ਵੀ ਬਟੇਰਾ ਕ੍ਰਾਸ ਮਾਦੀ ਜੀ ਮਾਸ਼ਾਅੱਲਾ, ਵੇਖੋ ਮਾਸ਼ਾਅੱਲਾ, ਕਾਲੇ ਮੂੰਹ ਵਾਲੀ ਵੀ ਕਹਿ ਸਕਦੇ ਹੋ। ਠੀਕ ਹੈ ਜੀ, ਬੜੀ ਰੁਲੀ ਜੇ ਮਾਦੀ, ਬੜੀ ਅੱਛੀ ਮਾਦੀ ਹੈ ਲੇਕਿਨ ਰੁਲੀ ਜੇ, ਵੇਖੋ ਨਾ ਬੜੀ ਕਰੰਟ ਜੇ। ਇੰਨੀ ਥੋੜ੍ਹਾ ਸਾਰਾ ਸੰਭਾਲੇ ਆਵੇ ਮਾਸ਼ਾਅੱਲਾ, ਅਗਲੇ ਸੀਜ਼ਨ ਤੱਕ ਇਹ ਬੜੀ ਕਮਾਲ ਦੀ ਪੱਠੀ ਬਣ ਜਾਣੀ ਹੈ। ਧੱਕੇ ਖਾਂਦੀ ਪਈ ਹੈ, ਲੱਖਾਂ ਕਬੂਤਰ ਜੇ ਮਾਸ਼ਾਅੱਲਾ। ਠੀਕ ਹੈ ਜੀ, ਬੜਾ ਵੱਡਾ ਦੂਮ ਪਰ ਮਾਸ਼ਾਅੱਲਾ, ਕਮਾਲ ਦਾ ਕਬੂਤਰ ਜੇ, ਅੱਸੂ ਵਾਲਾ ਕਬੂਤਰ, ਬੜਾ ਡਾਢਾ ਕਬੂਤਰ ਹੈ। ਜਦੋਂ ਕੋਈ ਲੱਗ ਗਿਆ ਨਾ ਤਾਂ ਇਨਸ਼ਾਅੱਲਾ ਪੈਨਾ ਡਾਲ 'ਤੇ ਉੱਡੇਗਾ ਅਤੇ ਚੰਗਾ ਉੱਡੇਗਾ। ਠੀਕ ਹੈ ਜੀ, 20 ਕਬੂਤਰ ਲਾ ਰਹੇ ਹਾਂ ਭਾਈ, ਕੀਮਤ ਭਾਈਆਂ ਦੀ ਮਰਜ਼ੀ ਦੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਬਸ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਮਾਸ਼ਾਅੱਲਾ ਕਬੂਤਰ ਪੱਠੀਆਂ ਪੱਠੇ ਜ਼ਿਆਦਾ ਤੁਹਾਡੇ ਸਾਹਮਣੇ ਸ਼ੋ ਕਰ ਸਕਦੇ ਹੋ ਮਾਸ਼ਾਅੱਲਾ। ਇਹ ਹੈ ਕਿ ਇਹਨਾਂ ਤੁਸੀਂ ਮਿਹਨਤ ਕਰੋਗੇ ਇਨਸ਼ਾਅੱਲਾ, ਅੱਛਾ ਦਾਣਾ ਪਾਣੀ ਪਾ ਕੇ, ਠੀਕ ਹੈ ਜੀ, ਕੇਅਰ ਕਰਕੇ ਅਤੇ ਇਹਨਾਂ ਨੂੰ ਅੱਛਾ ਬਣਾ ਸਕਦੇ ਹੋ। ਕਿਉਂਕਿ ਹੁਣ ਲੋਕਾਂ ਕੁਝ ਕਬੂਤਰ ਉਹ ਵੀ ਕੱਢਣ ਜਿਹੜਾ ਲੋਕਾਂ ਪੱਟੇ ਕੋਲ ਨਹੀਂ, ਲੇਕਿਨ ਬਸ ਲੋਕਾਂ ਦੇ ਕਬੂਤਰ ਬੜੇ ਨੱਸ ਗਏ ਨੇ। ਹੁਣ ਲੱਖਾਂ ਕਬੂਤਰ ਮਾਸ਼ਾਅੱਲਾ ਬਹੁਤ ਅੱਛਾ ਕਬੂਤਰ ਹੈ ਕਿਸੇ ਦਾ। ਠੀਕ ਹੈ ਜੀ, ਬਸ ਮੁਸਰਫੀਆਤ ਦੀ ਵਜ੍ਹਾ ਤੋਂ ਨਾ ਕੋਈ ਵੀਡੀਓ ਲਾ ਸਕਿਆ, ਨਾ ਗੱਲ ਨਾ ਬਾਤ, ਲੇਕਿਨ ਇਹ ਮਾਦੀ ਵੇਖ ਲਓ ਬੜੀ ਅੱਛੀ ਪੱਠੀ ਜੀ। 20 ਕਬੂਤਰ ਜੇ ਭਾਈ, ਐਚੂਆਂ 'ਚੋਂ ਕਬੂਤਰ ਬਣਿਆ ਜੇ ਮਾਸ਼ਾਅੱਲਾ। ਠੀਕ ਹੈ ਜੀ, ਛੋੜੋ ਇਹ ਵੀ ਕਬੂਤਰ ਕਰੀਚੇ ਪਿਆ ਜੇ, ਕਬੂਤਰ ਅੱਛਾ ਜੇ। ਠੀਕ ਹੈ ਜੀ, ਛੋੜੋ, ਦੋਵਾਂ ਸਾਈਡਾਂ 'ਤੇ ਰੰਗ ਲੱਗੇ ਆ ਭਾਈ, ਕਬੂਤਰ ਪੈ ਗਿਆ ਕਰੀਚੇ ਪੱਠਾ ਜੇ, ਜੇ ਕਰੀਚੇ ਪਿਆ ਇਨਸ਼ਾਅੱਲਾ, ਪਰ ਬੜੇ ਪਿਆਰੇ ਨੇ। ਦੇਖੋ ਦੁੰਬਨ, ਇਹ ਕਿਹਾ ਚਿੱਟਾ ਕਬੂਤਰ ਜੇ, ਲੇਕਿਨ ਇਹ ਕਿਸੇ ਦਾ ਬਰੀਡਰ ਨਿਕਲਿਆ ਮੇਰੇ ਖਿਆਲ ਨਾਲ। ਠੀਕ ਹੈ ਜੀ, ਇਹ ਵੱਡੇ ਬਿੱਡ ਵਾਲਾ ਕਬੂਤਰ ਹੈ, ਇਹ ਕਿਸੇ ਦਾ ਜੋੜਿਆਂ 'ਚੋਂ ਨਿਕਲਿਆ ਹੈ, ਵੇਖ ਸਕਦੇ ਹੋ ਕਾਲੀ ਮਾਦੀ ਮਾਸ਼ਾਅੱਲਾ।
ਠੀਕ ਹੈ ਜੀ। ਪਲਾਜ਼ੇ ਵਾਲੇ ਕਬੂਤਰ ਨੇ ਭਾਈ ਸਾਰੇ ਇੱਥੋਂ ਫੜੇ ਫੜਾਏ ਜੇ, ਜੇ ਸਿਪਾਹੀ ਦੇ ਅਗਰ ਕੋਈ ਭਾਈ ਕਵੇ ਜੀ ਮੇਰਾ ਕਬੂਤਰ ਇਹ ਲੈਣਾ ਚਾਹੋ ਵੀ ਲੈ ਸਕਦਾ ਜੀ, ਅਸੀਂ ਕੋਈ ਗੱਲ ਨਹੀਂ। ਲੇਕਿਨ ਅਸਲ ਇਹ ਕਬੂਤਰ ਕੁਝ ਵਿੱਚ ਪੁਰਾਣੇ ਫੜੇ ਨੇ, ਕੁਝ ਹੁਣ ਫੜੇ ਨੇ, ਇਸ ਵਾਸਤੇ ਮੈਂ ਨਹੀਂ ਲਾਏ। ਮੈਂ ਹੈ ਹੁਣ ਪਤਾ ਨਹੀਂ ਕਿਤੇ ਹੈਨ ਕਿਤੇ ਨਹੀਂ। ਠੀਕ ਹੈ ਜੀ। ਭਾਜੀ ਦੇਸੀ ਟਾਈਪ ਕਬੂਤਰ ਨੇ ਜ਼ਿਆਦਾ ਵਿੱਚ, ਲੇਕਿਨ ਇਹ ਕਿ ਅੱਛੇ ਨੇ, ਸ਼ਾਨਦਾਰ ਨੇ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ। ਅੱਸੂ ਦੇ ਭਾਈ, ਅੱਸੂ ਵਾਸਤੇ ਪਰਫੈਕਟ ਗੇਮ ਜੇ। ਠੀਕ ਹੈ ਜੀ। ਇੱਥੇ ਤਾਂ ਭਾਈ ਉਹ ਵੀ ਕਬੂਤਰ ਡਿੱਗ ਜਾਂਦਾ ਜਿਹੜਾ ਨਹੀਂ ਡਿੱਗਣੇ ਵਾਲਾ, ਕਿਉਂਕਿ ਤੁਹਾਡੇ ਸਾਹਮਣੇ ਛੱਤ। ਲੇਕਿਨ ਇਨਸ਼ਾਅੱਲਾ ਹੁਣ ਬਿਹਤਰੀਨ ਛੱਤ ਬਣਾ ਰਹੇ ਹਾਂ ਅਤੇ ਅੱਲਾਹ ਦੇ ਹੁਕਮ ਨਾਲ ਭਾਈਆਂ ਨੂੰ ਮਜ਼ਾ ਆਵੇਗਾ ਛੱਤ ਦਾ। ਠੀਕ ਹੈ ਜੀ। ਬਈ ਜ਼ਿਆਦਾ ਸਿਆਲਕੋਟੀ ਕਬੂਤਰ ਜੇ ਭਾਈ, ਬਟੇਰੇ ਟਾਈਪ, ਬਟੇਰੇ ਇਲਾਕੇ। ਠੀਕ ਹੈ ਜੀ। 20 ਕਬੂਤਰ ਪੂਰੇ ਹੋ ਚੁੱਕੇ ਜੇ। ਜਿਸ ਭਾਈ ਦੀ ਸਮਝ ਵਿੱਚ ਆਵੇ ਸਾਡੇ ਨਾਲ ਰਾਬਤਾ ਕਰ ਸਕਦਾ ਹੈ 0318 54 54 700। ਨੁਮਾਨ ਖਾਨ ਪਿਜਨ ਜ਼ਰੂਰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਅੱਲਾ ਹਾਫਿਜ਼।